ਪੰਜਾਬੀ ਨਿਊਜ਼ ਟੂਡੇ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਸ਼ੁਕਰੀਆ ਜੀ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਤੇ ਸਾਰੇ ਜਣੇ ਇਸੇ ਤਰ੍ਹਾਂ ਨਾਲ ਜੁੜੇ ਰਹੋ ਆਪਣਾ ਪਿਆਰ ਜਿਹੜਾ ਦਿੰਦੇ ਰਹੋ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਕੇ ਰੱਖਿਓ ਤਾਂ ਜੋ ਹਰ ਇੱਕ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਪੰਜਾਬ ਦੀ ਸਿਆਸਤ ਨਾਲ ਜੁੜੇ ਰਹਿਣ ਦੇ ਲਈ ਪੰਜਾਬੀ ਨਿਊਜ਼ ਟੂਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਅੱਜ ਦੀ ਜੋ ਜਾਣਕਾਰੀ ਹੈ ਆਪਜੀ ਤੱਕ ਲੈ ਕੇ ਹਾਜ਼ਰ ਹੋਏ ਆਂ ਤੇ ਭਗਵੰਤ ਮਾਨ ਦੇ ਐਮ ਐਲ ਏ ਐਸ ਨੇ ਜਿੰਨੇ ਵੀ ਉਹਨਾਂ ਦੇ ਟਿਕਾਣਿਆਂ ਤੇ ਸੀਬੀਆਈ ਨੇ ਛਾਪਾਂ ਮਾਰਿਆ ਹੈ ਤੇ ਛਾਪਾਂ ਮਾਰਨ ਤੋਂ ਬਾਅਦ ਕੀ ਕੁਝ ਮਿਲਿਆ ਤੇ ਕਿਸ ਦੀ ਇਹ ਰਲੀ ਭੁਗਤ ਹੈ ਤੇ ਸਾਰੀ ਗੱਲ ਅੱਜ ਆਪਾਂ ਨਿਤਾਰ ਕੇ ਸਾਹਮਣੇ ਕਰਦੇ ਆਂਗੇ ਸੱਚ ਤੇ ਬਿਲਕੁਲ ਜਿਹੜਾ ਆਪਾਂ ਛਾਣ ਕੇ ਰੱਖਦੇ ਆਂਗੇ ਤੇ ਅੱਜ ਪੂਰੀ ਗੱਲ ਨੂੰ ਜਿਹੜਾ ਨਿਤਾਰ ਕੇ ਰੱਖਣ ਦੀ ਆਪਾਂ ਸੌਂ ਖਾਨੇ ਆ ਤੇ ਅੱਜ ਦੀ ਜਿਹੜੀ ਗੱਲਬਾਤ ਹੈ ਜੀ ਸਾਂਝੀ ਕਰਦੇ ਆਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਆਂ ਤੁਹਾਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਕੀ ਚੱਲ ਰਿਹਾ ਇੱਕ ਦਿਨ ਦਾ ਪ੍ਰਚਾਰ ਹੋ ਰਿਹਾ ਹੈ ਕਿ ਜੀ ਜਸਵੰਤ ਸਿੰਘ ਗੱਜਣ ਮਾਜਰਾ ਦੇ ਘਰ ਦੇ ਉੱਪਰ ਸੀਬੀਆਈ ਦੀ ਰੇਡ ਹੋਈ ਹੈ ਤੇ ਜਿਸ ਵਿੱਚ ਰੇਡ ਹੋਣ ਤੋਂ ਬਾਅਦ ਵੱਖੋ-ਵੱਖਰੇ ਭੇਦ ਜਿਹੜੇ ਨੇ ਹਲਕਾ ਅਮਰਗੜ ਦੇ ਜਸਵੰਤ ਸਿੰਘ ਗੱਜਣ ਮਾਜਰਾ ਦੇ ਭੇਦ ਖੁੱਲ ਚੁੱਕੇ ਨੇ ਤੇ ਲੋਕਾਂ ਵਿੱਚ ਉਹ ਭੇਦ ਜਿਹੜੇ ਨੇ ਜਗ ਜਾਹਰ ਹੋ ਚੁੱਕੇ ਨੇ ਜਿੰਨਾ ਭੇਦਾਂ ਨੂੰ ਅਸੀਂ ਜਾਣਦੇ ਨਹੀਂ ਸਾਂ ਤੇ ਖੁਦ ਹਲਕਾ ਅਮਰਗੜ ਦੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਆ ਕੇ ਸਾਨੂੰ ਗੁੰਮਰਾ ਕੀਤਾ ਗਿਆ ਤੇ ਜਸਵੰਤ ਸਿੰਘ ਗੱਜਣ ਮਾਜਰਾ ਹਲਕਾ ਅਮਰਗੜ ਤੋਂ ਐਮ ਐਲ ਏ ਨੇ ਹੁਣੇ-ਹੁਣੇ ਉਹ ਨਵੇਂ-ਨਵੇਂ ਵਿਧਾਇਕ ਬਣੇ ਨੇ ਤੇ ਜਿਸ ਵਿੱਚ ਹਲਕਾ ਅਮਰਗੜ ਦੇ ਲੋਕਾਂ ਨੇ ਇਸ ਗੱਲ ਦੇ ਉੱਪਰ ਆਪਣਾ ਇਤਰਾਜ਼ ਵੀ ਜਤਾਇਆ ਤੇ ਇਸ ਗੱਲ ਨੂੰ ਆਖਿਆ ਕਿ ਗੱਜਣ ਮਾਜਰਾ ਕੁਝ ਲੋਕਾਂ ਦੇ ਲਈ ਸਹੀ ਨਹੀਂ ਆ ਤੇ ਲੋਕਾਂ ਦੇ ਨਾਲ ਧੋਖਾ ਧੜੀ ਵੀ ਕੀਤੀ ਗਈ ਹੈ ਤੇ ਜਿਸ ਵਿੱਚ 40 ਕੇਸ ਜਿਹੜੇ ਨੇ ਧੋਖਾ ਧੜੀ ਦੇ ਗੱਜਣ ਮਾਜਰਾ ਦੇ ਉੱਪਰ ਲੱਗੇ ਹੋਏ ਨੇ ਤੇ 40 ਕੇਸਾਂ ਦੀ ਪੁਸ਼ਟੀ ਜਿਹੜੀ ਹੈ ਹੋਈ ਹੈ ਤੇ ਜਿਹੜੇ ਕੇਸ ਦਰਸਤ ਪਾਏ ਗਏ ਨੇ ਤੇ ਗੱਜਣ ਮਾਜਰਾ ਨੂੰ ਇਸ ਗੱਲ ਦੇ ਉੱਪਰ ਜਿਹੜਾ ਘਸੀਟਿਆ ਗਿਆ ਤੇ ਸੀਬੀਆਈ ਨੇ ਰੇਡ ਮਾਰੀ ਹੈ ਤੇ ਲਗਾਤਾਰ ਅਲੱਗ-ਅਲੱਗ ਪਾਲਿਸੀਆਂ ਦੇ ਵਿੱਚ ਵੀ ਗੱਜਣ ਮਾਜਰੇ ਦੀ ਜਿਹੜੀ ਹੈ ਗ੍ਰਿਫਤਾਰੀ ਹੁੰਦੀ ਬਿਲਕੁਲ ਯਕੀਨੀ ਬਣਾਈ ਜਾ ਰਹੀ ਹੈ ਤੇ ਇਸ ਦੇ ਉੱਪਰ ਜਿਹੜਾ ਅਸਰ ਪੈ ਰਿਹਾ ਤੇ ਉਹ ਅਸਰ ਜਿਹੜਾ ਪੰਜਾਬ ਦੇ ਹੋਰ ਵੀ ਜਿਹੜੇ ਆਪ ਦੇ ਐਮ ਐਲ ਏਸ ਨੇ ਉਹਨਾਂ ਦੇ ਉੱਪਰ ਵੀ ਅਸਰ ਪੈਂਦਾ ਨਜ਼ਰ ਆ ਰਿਹਾ ਹੈ ਤੇ ਸੀਬੀਆਈ ਦੀ ਰੇਡ ਕਦੇ ਵੀ ਕਿਸੇ ਵੀ ਐਮ ਐਲ ਏ ਦੇ ਘਰ ਹੋ ਸਕਦੀ ਹੈ ਕਿਉਂਕਿ ਉਹਨੇ ਜਿਹੜੀ ਪੂਰੀ ਤਿਆਰੀ ਹੈ ਪ੍ਰੋਪਰਲੀ ਕਰਕੇ ਆਉਣਾ ਹੁੰਦਾ ਤੇ ਕਿਸੇ ਵੀ ਵਿਧਾਇਕ ਦਾ ਘਰ ਆ ਕੇ ਉਹ ਤਲਾਸ਼ ਸਕਦੇ ਨੇ ਆਣ ਕੇ ਕਿਸੇ ਵੀ ਵੇਲੇ ਉਹ ਰੇਡ ਕਰ ਸਕਦੇ ਨੇ ਸੀਬੀਆਈ ਕੋਲੇ ਇਹ ਅਧਿਕਾਰ ਹੁੰਦੇ ਨੇ हाल ही ਦੇ ਵਿੱਚ ਜੋ ਗੱਜਣ ਮਾਜਰੇ ਦੇ ਘਰ ਰੇਡ ਹੋਈ ਹੈ ਤੇ ਜਿਸ ਰੇਡ ਦੇ ਵਿੱਚ ਉਹ ਬਹੁਤ ਕੁਝ ਨਿਕਲ ਕੇ ਸਾਹਮਣੇ ਆਇਆ ਤੇ ਜਿਹੜੀ ਇਹ ਰੇਡਾਂ ਹੋ ਰਹੀਆਂ ਨੇ बार-बार ਤੇ ਲਗਾਤਾਰ ਇਹ ਸੀਬੀਆਈ ਬਲੁਰ ਛਾਪੇ ਮਾਰੇ ਜਾ ਰਹੇ ਨੇ ਤੇ ਆਖਰ ਇਹਦੇ ਵਿੱਚ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਜਿਹੜੇ ਛਾਪੇ ਨੇ ਸੈਂਟਰ ਗਵਰਨਮੈਂਟ ਦੀ ਰਲਿ ਭੁਗਤ ਹੈ ਤੇ ਸੈਂਟਰ ਗਵਰਨਮੈਂਟ ਇਹ ਜਿਹੜਾ ਕੰਮ ਕਰਵਾ ਰਹੀ ਹੈ ਤੇ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੋਇਆ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਸਭ ਤੋਂ ਵੱਧ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਭਗਵੰਤ ਸਿੰਘ ਮਾਨ ਨੂੰ ਜਤਾਇਆ ਤੇ ਮੋਦੀ ਨੇ ਇਸ ਗੱਲ ਦਾ ਆਖਰਕਾਰ ਭਾਵੇਂ ਸਵਾਗਤ ਤੇ ਕੀਤਾ ਹੋਵੇ ਪਰ ਦਿਲ ਤੋਂ ਇਸ ਗੱਲ ਦਾ ਵਿਰੋਧ ਜਿਹੜਾ ਉਹ ਜਾਰੀ ਰਹੇਗਾ ਤੇ ਆਖਰ ਭਾਜੀਪੀ ਇਹ ਜਾਣ ਬੁੱਝ ਕੇ ਕਰਵਾ ਰਹੀ ਹੈ ਜੋ ਤਜਿੰਦਰ ਪਾਲ ਬੱਗੇ ਦੇ ਕੇਸ ਦੇ ਵਿੱਚ ਹੋਇਆ ਸਜਿੰਦਰਪਾਲ ਬੱਗੇ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਜਿਸ ਵਿੱਚ ਇਲਜ਼ਾਮ ਜਿਹੜਾ ਆ ਮੁੱਖ ਮੰਤਰੀ ਭਗਵੰਤ ਮਾਨ ਤੇ ਲਾਇਆ ਜਾ ਰਿਹਾ ਤੇ ਅਰਵਿੰਦ ਕੇਜਰੀਵਾਲ ਨੂੰ ਇਹਦੇ ਵਿੱਚ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਉਸ ਗੱਲ ਨੂੰ ਲੈ ਕੇ ਲੱਗਦਾ ਹੈ ਮੋਦੀ ਸਾਹਿਬ ਗੁੱਸਾ ਖਾ ਗਏ ਭਾਰਤੀ ਜਨਤਾ ਪਾਰਟੀ ਗੁੱਸਾ ਖਾ ਗਈ ਤੇ ਬੀਜੇਪੀ ਲੱਗਦਾ ਹੈ ਇਸ ਗੱਲ ਤੋਂ ਨਰਾਜ ਨਜ਼ਰ ਆ ਰਹੀ ਹੈ ਤੇ ਲਗ ਲਗ ਟਿਕਾਣਿਆਂ ਤੇ ਛਾਪੇ ਮਾਰੀ ਕਰਵਾ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੁਝ ਸੰਕੇਤ ਦੇਣਾ ਚਾਹੁੰਦੇ ਨੇ ਤੇ ਆਖਰਕਾਰ ਬੀਜੇਪੀ ਇਹ ਕਿਉਂ ਕਰਵਾ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਭੇਦ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਕੇ ਸਾਹਮਣੇ ਆਉਣਗੇ ਹਲੇ ਤੱਕ ਤੇ ਲੋਕਾਂ ਦਾ ਇਹੋ ਮੰਨਣਾ ਹੈ ਕਿ ਇਹ ਬੀਜੇਪੀ ਦੀ ਰਲਈ ਭੁਗਤ ਹੈ ਤੇ ਬੀਜੇਪੀ ਜਾਣ ਬੁੱਝ ਕੇ ਇਹ ਕਰਵਾਉਂਦੀ ਪਈ ਹੈ ਤੇ ਆਖਰ ਬੀਜੇਪੀ ਇਹਦੇ ਵਿੱਚ ਬਹੁਤ ਵੱਡਾ ਰੋਲ ਲੈ ਕੇ ਇਨਵੋਲਵ ਹੋਈ ਹੋਈ ਹੈ ਤੇ ਆਖਰਕਾਰ ਇਹ ਕਿਉਂ ਹੋ ਰਿਹਾ ਹੈ ਤੇ ਇਹਦੇ ਵਿੱਚ ਕਿਉਂ ਜਿਹੜੀ ਅਸਲ ਸੱਚਾਈ ਹੈ ਨਿਕਲ ਕੇ ਬਾਹਰ ਆਊਗੀ ਉਹ ਆਉਣ ਵਾਲਾ ਸਮਾਂ ਦੱਸੇਗਾ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਘਰ ਜਿਹੜਾ ਛਾਪਾ ਵੱਜਿਆ ਤੇ ਜਰੂਰ ਇਹ ਛਾਪੇ ਜਿਹੜੇ ਨੇ ਹੋਰ ਨਾਂ ਦੇ ਘਰ ਵੀ ਵੱਜ ਸਕਦੇ ਨੇ ਤੇ ਗੱਜਣ ਮਾਜਰੇ ਦੇ ਘਰੋਂ ਨਿਕਲੇ ਸਬੂਤਾਂ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਨੇ ਤੇ ਜਿੱਥੇ ਲੋਕਾਂ ਦੇ ਨਾਲ ਇੰਨੀ ਵੱਡੀ ਵਿਸ਼ਵਾਸ ਦੇ ਨਾਲ ਲੀਡ ਲੈ ਕੇ ਗੱਜਣ ਮਾਜਰਾ ਜਿੱਤੇ ਸੀ ਅੱਜ ਗੱਜਣ ਮਾਜਰਾ ਸਾਹਿਬ ਓਨਾ ਹੀ ਜ਼ਿਆਦਾ ਆਪਣੇ ਲੋਕਾਂ ਦੇ ਦਿਲਾਂ 'ਚੋਂ ਪਿਆਰ ਖਤਮ ਕਰ ਚੁੱਕੇ ਨੇ ਤੇ ਲੋਕਾਂ ਨੇ ਗੰਭੀਰ ਇਲਜ਼ਾਮ ਵੀ ਲਾਏ ਨੇ ਧੋਖਾਧੜੀ ਦੇ ਜਿਹੜੀ 40 ਕੇਸਾਂ ਦੀ ਪੁਸ਼ਟੀ ਵੀ ਗੱਜਣ ਮਾਜਰਾ ਤੇ ਹੋ ਚੁੱਕੀ ਹੈ ਸੀਬੀਆਈ ਨੇ ਅਚਾਨਕ ਰੇਡ ਮਾਰ ਕੇ ਇਹ ਜਿਹੜੇ ਕੇਸ ਨੇ ਬਾਹਰ ਕੱਢੇ ਨੇ ਤੇ ਗੱਜਣ ਮਾਜਰਾ ਸਾਹਿਬ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਤੇ ਹਾਲ ਹੀ ਹੀ ਦੇ ਵਿੱਚ ਜੋ ਸਬੂਤ ਹੋਰ ਝਟਾਏ ਜਾ ਰਹੇ ਨੇ ਤੇ ਉਹਦੇ ਵਿੱਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਸਵੰਤ ਸਿੰਘ ਗੱਜਣ ਮਾਦਰਾ ਹਲਕਾ ਅਮਰਗੜ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਪੱਕੀ ਮੰਨੀ ਜਾ ਰਹੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਹੋਰ ਨਾ ਦੂਜਿਆਂ ਨੂੰ ਵੀ ਇਸ ਗੱਲ ਦਾ ਜਿਹੜਾ ਅਨੁਮਾਨ ਲਾ ਲੈਣਾ ਚਾਹੀਦਾ ਹੈ ਕਿ ਉਹਨਾਂ ਤੇ ਵੀ ਇਹੋ ਜਿਹਾ ਸਮਾਂ ਜਿਹੜਾ ਬਣ ਸਕਦਾ ਪਰ ਹਾਲਾਂ ਜੋ ਕਿ ਇਹ ਹਲਕਾ ਅਮਰਗੜ ਦੇ ਲੋਕਾਂ ਨੇ ਗੱਲ ਸਿੱਧ ਕੀਤੀ ਹੈ ਤੇ ਜਿਸ ਵਿੱਚ ਹਲਕਾ ਅਮਰਗੜ ਤੋਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੁਝ ਜਿਹੜੇ ਲੋਕ ਨੇ ਉਹ ਗੱਜਣ ਮਾਜਰੇ ਦੇ ਹੱਕ ਦੇ ਵਿੱਚ ਨੇ ਤੇ ਇਹਨਾਂ सीबीआई ਦੀ ਰੇਡ ਨੂੰ ਉਹਨਾਂ ਨੇ ਨਕਾਰਿਆ ਤੇ ਕੁਝ ਲੋਕ ਵਿਰੋਧ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ सीबीआई ਦੀ ਰੇਡ ਨੂੰ ਉਹਨਾਂ ਨੇ ਸਹੀ ਸਮਝਿਆ ਤੇ ਗੱਜਣ ਮਾਜਰੇ ਦੇ ਉੱਪਰ ਲੱਗੇ ਜਿੰਨੇ ਵੀ ਇਲਜ਼ਾਮ ਨੇ ਉਹਨਾਂ ਨੂੰ ਦਰਸਤ ਫਰਮਾਇਆ ਤੇ ਕੁਝ ਅਮਰਗੜ ਦੇ ਲੋਕਾਂ ਨੇ ਗੱਜਣ ਮਾਜਰਾ ਤੇ ਆਮ ਆਦਮੀ ਪਾਰਟੀ ਤੇ ਵੀ ਲਗਾਤਾਰ ਨਿਸ਼ਾਨੇ ਸਾਧੇ ਨੇ ਤੇ ਹੁਣ ਭਗਵੰਤ ਸਿੰਘ ਮਾਨ ਇਸ ਦੇ ਉੱਪਰ ਕੁਝ ਨਹੀਂ ਬੋਲ ਰਹੇ ਉਹਨਾਂ ਨੇ ਕਿਸੇ ਪ੍ਰਕਾਰ ਦੀ ਕੋਈ ਟਿੱਕਾ ਟਿੱਪਣੀ ਆਮ ਆਦਮੀ ਪਾਰਟੀ ਤੇ ਨਹੀਂ ਕੀਤੀ ਜਿਸ ਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏਸ ਨੂੰ ਹੁਣ ਬੀਜੇਪੀ ਸਰਕਾਰ ਜਿਹੜਾ ਡਰਾਉਣਾ ਚਾਹੁੰਦੀ ਹੈ ਤੇ ਲਗਾਤਾਰ ਛਾਪੇ ਮਰਵਾ ਕੇ ਉਹਨਾਂ ਦੇ ਉੱਪਰੋਂ ਜਿਹੜੀ ਹੈ ਭਗਵੰਤ ਸਿੰਘ ਮਾਨ ਦੇ ਕੋਲੋਂ ਵੀ ਕੁਝ ਨਾ ਕੁਝ ਕਹਾਉਣਾ ਚਾਹੁੰਦੀ ਹੈ ਤੇ ਲਗਾਤਾਰ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਹੋਰ ਵੀ ਸਮੇਂ ਨਾਲ ਨਿਕਲ ਕੇ ਸਾਹਮਣੇ ਸਾਹਮਣੇ ਹੁੰਦੀਆਂ ਨਜ਼ਰ ਆਉਣਗੀਆਂ ਤੇ ਜੋ ਸੀਬੀਆਈ ਦੀ ਰੇਡਾਂ ਨੇ ਪੈਰੀਆਂ ਨੇ ਲਗਾਤਾਰ ਜਿਸ ਦੇ ਵਿੱਚੋਂ ਬਹੁਤ ਸਾਰੇ ਲੀਡਰਾਂ ਦੇ ਘਰੋਂ ਪੈਸਾ ਵੀ ਬਰਾਮਦ ਹੋਇਆ ਪਿਛਲੇ ਦਿਨਾਂ ਦੇ ਵਿੱਚ ਪਰ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏਾਂ ਦੇ ਘਰ ਛਾਪੇ ਮਾਰੇ ਜਾਣੇ ਇਹ ਗੱਲ ਕੋਈ ਛੋਟੀ ਨਹੀਂ ਜਾਪਦੀ ਇਸ ਗੱਲ ਦੇ ਉੱਪਰ ਸਾਨੂੰ ਵੀ ਕੁਝ ਨਾ ਕੁਝ ਸੋਚਣਾ ਚਾਹੀਦਾ ਹੈ ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਸ ਗੱਲ ਦੇ ਉੱਪਰ ਹਾਲੇ ਉਹਨਾਂ ਨੇ ਚੁੱਪੀ ਨਹੀਂ ਤੋੜੀ ਤੇ ਜਿਸ ਦਿਨ ਉਹਨਾਂ ਨੇ ਆਪਣੀ ਚੁੱਪੀ ਤੋੜ ਦਿੱਤੀ ਸੱਚ ਜਿਹੜਾ ਨਿਕਲ ਕੇ ਉਸ ਦਿਨ ਸਾਹਮਣੇ ਆਉਣਾ ਪਰ ਹਾਲਾ ਹਾਲ ਹੀ ਦੇ ਵਿੱਚ ਜਿਹੜਾ CVI ਦੇ ਵੱਲੋਂ ਇਹ ਛਾਪੇ ਮਾਰੇ ਜਾ ਰਹੇ ਨੇ ਉਹਦੇ ਵਿੱਚ ਪਗਵੰਤ ਸਿੰਘ ਮਾਨ ਵੀ ਕੁਝ ਨਹੀਂ ਕਰ ਸਕਦੇ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕਦੇ ਕਿਉਂਕਿ CVI ਨੇ ਆਪਣਾ ਕੰਮ ਕਰਨਾ ਤੇ BJP ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ ਸੈਂਟਰ ਗਵਰਨਮੈਂਟ ਵੱਲੋਂ ਕਰਵਾਇਆ ਜਾ ਰਿਹਾ ਹੈ ਕੁਝ ਲੋਕਾਂ ਦਾ ਇਹ ਸਿੱਧੇ ਤੌਰ ਤੇ ਮੰਨਣਾ ਹੈ ਤੇ ਆਖਰਕਾਰ ਇਹ ਛਾਪੇ ਮਾਰੀਆਂ ਹੋਣ ਤੋਂ ਬਾਅਦ ਲੋਕਾਂ ਦੇ ਨਾਲ ਕੀਤੀਆਂ ਹੋਈਆਂ ਗੱਲਾਂ-ਵਾਤਾਂ ਤੇ ਜਿਹੜੇ ਵਾਅਦੇ ਨੇ ਉਹ ਵੀ ਸਾਫ਼-ਸਾਫ਼ ਜਿਹੜੇ ਨੇ 69 ਕੇ ਸਾਹਮਣੇ ਆਉਣਗੇ ਕਿਵੇਂ ਕੀ ਕੁਝ ਹੋਊਗਾ ਇਹ ਤੇ ਬਾਅਦ ਵਿੱਚ ਹੀ ਸਾਨੂੰ ਪਤਾ ਲੱਗ ਪਾਊਗਾ ਤੋਂ ਸਾਰੇ ਜਣੇ ਨਵੀਂ ਅਪਡੇਟ ਲੈਣ ਦੇ ਲਈ ਚੈਨਲ ਦੇ ਨਾਲ ਜੁੜੇ ਰਹੋ ਪੰਜਾਬੀ ਨਿਊਜ਼ ਟੂਡੇ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਜੀ ਸਾਰਿਆਂ ਦਾ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਜੀ